ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ। ਅੱਜ ਆਪਾਂ ਚੱਲੇ ਹਾਂ ਫਗਵਾੜੇ ਸ਼ਹਿਰ ਨੂੰ, ਅੱਜ ਤੁਹਾਨੂੰ ਦਿਖਾਉਂਦੇ ਹਾਂ ਜਾ ਕੇ ਫਗਵਾੜਾ ਸ਼ਹਿਰ, ਕਰੋ ਜੀ ਫਗਵਾੜੇ ਸ਼ਹਿਰ ਦੀ ਸੈਰ। ਔਰ ਜਿਹੜੇ ਵੀਰ ਨੇ ਆਪਣੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ, ਨਾਲ ਬੈਲ ਆਈਕਨ ਵੀ ਜ਼ਰੂਰ ਦਬਾ ਲੈਣ। ਅੱਜ ਦਿਖਾਉਂਦੇ ਹਾਂ ਤੁਹਾਨੂੰ ਫਗਵਾੜੇ। ਫਗਵਾੜਾ ਬਾਜ਼ਾਰ, ਬਲੈ ਦੀ ਮਗਰ ਆਉਂਦੇ ਆ। ਫਗਵਾੜਾ ਬਾਜ਼ਾਰ, ਕਿਹੜਾ ਬਾਜ਼ਾਰ ਹੈ? ਲੰਮਾ ਬਾਜ਼ਾਰ, ਬਾਂਸਾਲਾ ਬਾਜ਼ਾਰ। ਇਹਨਾਂ ਸੂਟ ਪਾਰਟੀ ਵੇਅਰ ਸੂਟ ਦੇ ਫਿਰ ਰੇਟ ਘੱਟ ਆ। ਲੇਡੀ ਜੈਨ ਪਾ ਲਓ। ਦੇਖੋ ਜੀ ਫਗਵਾੜੇ ਦਾ ਬਾਜ਼ਾਰ, ਬਾਂਸਾਲਾ ਬਾਜ਼ਾਰ, ਲੰਮਾ ਬਾਜ਼ਾਰ, ਬਾਂਸਾਲਾ। ਹਲੇ ਉਹ ਜਾ ਕੇ ਦੁਕਾਨ ਖਾਂ ਬਹੁਤ, ਲਕਸ਼ਮੀ ਸਿਲਕ ਸਟੋਰ। ਆਪਾਂ ਜਾਣਾ ਜੀ ਲਕਸ਼ਮੀ ਵਾਲਿਆਂ ਦੇ।
ਬਹੁਤ ਹੈ। ਬਾਜ਼ਾਰ 'ਚ ਫੁੱਲ ਰੌਣਕ ਮੇਲਾ ਸੱਚ ਦਾ ਬਹੁਤ ਇੱਥੇ। ਸਾਰਾ ਬਾਜ਼ਾਰ ਲਿਖਾ ਤਾ ਆਪਾਂ, ਸਾਨੂੰ ਦੋ ਪਰੇ ਨੂੰ ਥੋੜ੍ਹਾ ਜਿਹਾ ਹੋਰ ਬਾਜ਼ਾਰ ਆ, ਪਰ ਆਪਾਂ ਇੱਥੇ ਲਫ਼ਤ ਨਿਆਲਿਆਂ ਦੇ ਜਾਣਾ, ਬਾਕੀ ਫਿਰ ਦਿਖਾਵਾਂਗੇ ਸਾਨੂੰ ਅੱਗੇ। ਇੱਥੇ ਜਾਣਾ ਜੀ ਆਪਾਂ ਲਕਸ਼ਮੀ ਸੈਲਫ ਸਟੋਰ, ਇੱਥੇ ਜਾਣਾ ਜੀ ਆਪਾਂ। ਦੋ ਬਿੰਦੂ ਆਪਾਂ ਨੂੰ ਪਿੱਛੇ ਛੱਡ ਕੇ ਆ ਗਏ ਹਨ ਆਪਾਂ ਪਾਰਕਿੰਗ ਹਨ। ਘਰ ਆ ਗਈ ਪਾਰਕਿੰਗ, ਜਾਣੇ ਆ ਕੀ ਆ ਗਈ ਪਾਰਕਿੰਗ ਕਰਕੇ ਜਾ ਕੇ ਬੱਬੂ ਮਾਨ ਆ ਗਈ ਪਾਰਕਿੰਗ।